ਪਿੰਡ ਅਕਬਰਪੁਰ ਖੁਡਾਲ ਦੇ ਅਧਿਆਪਕ ਆਗੂ ਜਸਵੀਰ ਸਿੰਘ ਖੁਡਾਲ ਵੱਲੋਂ ਬੇਟੀ ਅਮਨਦੀਪ ਕੌਰ ਦਾ ਜਨਮ ਦਿਨ ਅਤੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਛਾਂਦਾਰ ਅਤੇ ਫੁੱਲਾਂ ਵਾਲੇ ਰੁੱਖ ਲਗਾ ਕੇ ਮਨਾਇਆ ਗਿਆ ਅਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਰੁੱਖ ਵੀ ਵੰਡੇ ਗਏ। ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਬੁੱਧ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਲੋਕਾਂ ਦੀ ਸੋਚ ਬਦਲ ਰਹੀ ਹੈ, ਲੜਕੀਆਂ ਦੇ ਜਨਮ ਦਿਨ ਵੀ ਲੜਕੀਆਂ ਵਾਂਗ ਮਨਾਏ ਜਾ ਰਹੇ ਨੇ। ਜਸਵੀਰ ਸਿੰਘ ਨੇ ਨਵੇਕਰ ਢੰਗ ਦੇ ਨਾਲ ਆਪਣੀ ਬੇਟੀ ਅਮਨਦੀਪ ਕੌਰ ਦਾ ਜਨਮਦਿਨ ਮਨਾਇਆ। ਪਿਛਲੇ ਵਾਰੀ ਵੀ ਜਦੋਂ ਜਨਮਦਿਨ ਮਨਾਇਆ ਸੀ, ਇਹਨਾਂ ਨੇ ਗਰੀਬ ਬੱਚਿਆਂ ਨੂੰ ਪੜ੍ਹਨ ਦੇ ਸੰਬੰਧ ਵਿੱਚ ਲੋੜੀਂਦੀ ਸਮੱਗਰੀ ਦਿੱਤੀ ਸੀ। ਅੱਜ ਫਿਰ ਇਹਨਾਂ ਨੇ ਇੱਕ ਭੁੱਖ ਬਚਾਓ ਅਤੇ ਰੁੱਖ ਬਚਾਓ ਦੋਨੇ ਸੰਦੇਸ਼ ਦਿੰਦੇ ਹੋਏ ਅਤੇ ਵਾਤਾਵਰਨ ਸੰਬੰਧੀ ਜੋ ਇੱਕ ਤੰਦਰੁਸਤ ਪੰਜਾਬ ਦਾ ਇੱਕ ਸੰਕਲਪ ਹੈ, ਉਸ ਨੂੰ ਲੈ ਕੇ ਆਪਣੀ ਬੇਟੀ ਦੇ ਜਨਮਦਿਨ ਦੇ ਉੱਤੇ 500 ਰੁੱਖ ਪਬਲਿਕ ਪਲੇਸਿਸ 'ਤੇ ਲਾਉਣਗੇ। ਮੇਰੀ ਬੇਟੀ ਅਮਨਦੀਪ ਕੌਰ ਦਾ ਬਰਥਡੇ ਮਨਾ ਰਹੇ ਹਾਂ ਅਸੀਂ, 13ਵਾਂ ਜਨਮਦਿਨ ਹੈ। ਅਸੀਂ ਹਰ ਸਾਲ ਬੇਟੀ ਦਾ ਜਨਮਦਿਨ ਮਨਾਉਂਦੇ ਹਾਂ ਵੱਖਰੇ ਵੱਖਰੇ ਢੰਗ ਦੇ ਨਾਲ। ਇਸ ਵਾਰ ਅਸੀਂ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਜਿਹੜਾ ਇਹ ਵਰਡ ਡੇ ਮਨਾਉਣ ਦਾ ਫੈਸਲਾ ਕੀਤਾ ਹੈ। ਪਿੰਡ ਦੇ ਵਿੱਚ ਅਸੀਂ ਸਾਰੇ ਹੀ ਕਲੱਬਾਂ, ਗ੍ਰਾਮ ਪੰਚਾਇਤ ਅਤੇ ਸਾਬਕਾ ਪੰਚਾਇਤ ਨੂੰ ਨਾਲ ਲੈ ਕੇ, ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਪਿੰਡ ਦੀਆਂ ਸਰਬਜਨਕ ਥਾਵਾਂ ਤੇ ਅਸੀਂ ਲਗਭਗ 500 ਦੇ ਕਰੀਬ ਜਿਹੜਾ ਪੌਦਾ ਲਗਾਇਆ। ਬਰੇਡਾ ਤੋਂ ਕੈਮਰਾਮੈਨ ਰਿੰਪੀ ਨਾਲ ਜਗਦੀਸ਼ ਗੋਇਲ ਦੀ ਰਿਪੋਰਟ, ਚੈਨਲ 2।